ਅਜੀਤ ਵੈੱਬ ਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟਹਿਣਾ। ਅਸੀਂ ਹੁਣ ਤੱਕ ਬਹੁਤ ਸਾਰੇ ਇਹੋ ਜਿਹੇ ਨੇਤਾਵਾਂ ਦੇ ਨਾਲ ਦੋਸਤੋ ਗੱਲ ਕੀਤੀ ਹੈ ਜਿਨ੍ਹਾਂ ਨੂੰ ਅਸੀਂ ਤੁਹਾਡੇ ਹੀ ਸਵਾਲ ਪੁੱਛੇ ਨੇ, ਉਹਨਾਂ ਨੇ ਆਪਣੀ ਸਮਰੱਥਾ ਮੁਤਾਬਕ, ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਚੁਣੌਤੀਆਂ ਦੇ ਮੁਤਾਬਕ ਜਵਾਬ ਦਿੱਤੇ ਨੇ। ਸਾਡਾ ਉਮੀਦਵਾਰ ਪ੍ਰੋਗਰਾਮ ਦੇ ਤਹਿਤ ਅਸੀਂ ਅੱਜ ਆਦਮਪੁਰ ਵਿਧਾਨ ਸਭਾ ਖੇਤਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂ ਜੀ ਦੇ ਨਾਲ ਗੱਲਬਾਤ ਕਰਾਂਗੇ। ਉਹ ਇਸ ਵਕਤ ਆਪਣੇ ਖੇਤਰ ਤੋਂ ਵਿਧਾਇਕ ਨੇ, ਉਹਨਾਂ ਦੇ ਵੱਲੋਂ ਚੰਗੀਆਂ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਗਈ ਸੀ। ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਹੋਈਆਂ ਨੇ, ਦਲਿਤ ਆਧਾਰਿਤ ਰਾਜਨੀਤੀ ਦੇ ਵਿੱਚ ਕੁਝ ਚੁਣੌਤੀਆਂ ਵੀ ਆਈਆਂ ਨੇ, ਕੁਝ ਕੁ ਪ੍ਰਾਪਤੀਆਂ ਵੀ ਹਾਸਲ ਹੋਈਆਂ ਨੇ। ਸਾਰੀਆਂ ਗੱਲਾਂ ਦੇ ਜਵਾਬ ਦੇਣਗੇ ਪਵਨ ਕੁਮਾਰ ਟੀਨੂ ਹੋਰੀ, ਅਤੇ ਸਵਾਗਤ ਹੈ ਜੀ ਤੁਹਾਡਾ। ਟੀਨੂ ਜੀ, ਇਸ ਵਕਤ ਤੁਸੀਂ ਆਦਮਪੁਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਹੋ, ਚੰਗੀਆਂ ਵੋਟਾਂ ਦੇ ਫਰਕ ਦੇ ਨਾਲ ਤੁਸੀਂ ਜਿੱਤ ਹਾਸਲ ਕੀਤੀ ਸੀ। ਸਭ ਤੋਂ ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਕਿ ਜਦੋਂ ਤੁਸੀਂ ਵਿਧਾਇਕ ਚੁਣੇ ਗਏ 2012 ਤੋਂ ਲੈ ਕੇ ਅੱਜ ਤੱਕ, ਕਿੰਨਾ ਕੁ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ? ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਹਲਕੇ ਦੇ ਸਾਰੇ ਹੀ ਵੋਟਰਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 2012 'ਚ ਮੈਨੂੰ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਜਿਤਾਇਆ। ਅਤੇ ਜਿਹੜੇ ਕੰਮ ਮੈਂ ਆਪਣੇ ਦਿਮਾਗ ਵਿੱਚ ਸੋਚੇ ਸੀ ਜਾਂ ਮੈਨੂੰ ਮੇਰੇ ਹਲਕੇ ਦੇ ਵੋਟਰਾਂ ਨੇ ਕਹੇ ਸੀ, ਮੈਂ ਸਮਝਦਾ ਵੀ 90% ਤੋਂ ਉੱਪਰ ਮੈਂ ਉਹ ਕੰਮ ਕਰਵਾਉਣ ਵਿੱਚ ਸਫਲ ਰਿਹਾ। ਮੇਰਾ ਪਹਿਲਾਂ ਸੋਚ ਸੀ ਕਿ ਆਦਮਪੁਰ, ਕਿਉਂਕਿ ਜਲੰਧਰ ਔਰ ਹੁਸ਼ਿਆਰਪੁਰ ਦੇ ਵਿੱਚ ਏਰੀਆ ਇਲਾਕਾ ਆਉਂਦਾ ਆ, ਉੱਥੇ ਕੋਈ ਟੈਕਨੀਕਲ ਐਜੂਕੇਸ਼ਨ ਨਹੀਂ ਹੈ। ਬੱਚਿਆਂ ਨੂੰ ਹੁਸ਼ਿਆਰਪੁਰ, ਕੁੜੀਆਂ ਨੂੰ ਅਤੇ ਮੁੰਡਿਆਂ ਨੂੰ ਹੁਸ਼ਿਆਰਪੁਰ ਜਾਂ ਜਲੰਧਰ ਆਉਣਾ ਪੈਂਦਾ ਸੀ, 30-30, 40-40 ਕਿਲੋਮੀਟਰ। ਮੈਂ ਉੱਥੇ ਇੱਕ ਬਹੁਤ ਵੱਡੀ ITI ਬਣਾਉਣ ਵਿੱਚ ਕਾਮਯਾਬ ਰਿਹਾ, ਜਿਹਨੂੰ ਅਸੀਂ ਸ਼ੁਰੂ ਕਰਾਤਾ, ਉਦਘਾਟਨ ਹੋ ਗਿਆ, ਬੱਚੇ ਪੜ੍ਹ ਰਹੇ ਆ। ਇੱਕ ਭੋਗਪੁਰ 'ਚ ਬਣਾਤੀ, ਇੱਕ ਦੀ ਬਜਾਏ 2 ITI ਮੈਂ ਬਣਾਉਣ ਵਿੱਚ ਕਾਮਯਾਬ ਰਿਹਾ। ਆਦਮਪੁਰ 'ਚ, ਕਿਉਂਕਿ ਕਿਸੇ ਵੱਡੇ ਸ਼ਹਿਰ 'ਚ, ਸੰਪੰਨ ਸ਼ਹਿਰ ਵਿੱਚ ਪੀਣ ਵਾਲਾ ਪਾਣੀ, ਬਿਜਲੀ ਅਤੇ ਉੱਥੇ ਦੇ ਗੰਦੇ ਪਾਣੀ ਦਾ ਨਿਕਾਸ ਦਾ ਪ੍ਰਬੰਧ ਬਹੁਤ ਜ਼ਰੂਰੀ ਹੈ। ਅੱਛਾ। ਜਿੱਥੇ ਮੈਂ 100% ਪਾਣੀ ਪੀਣ ਵਾਲਾ ਆਦਮਪੁਰ 'ਚ ਮੁਹੱਈਆ ਕਰਾਇਆ, ਉੱਥੇ ਨਾਲ ਨਾਲ ਸੀਵਰੇਜ ਦਾ ਬਹੁਤ ਵੱਡਾ ਪ੍ਰੋਜੈਕਟ ਸੀ, 47 ਕਰੋੜ ਦਾ, ਜਿਹੜਾ ਪਿਛਲੇ 15-20 ਸਾਲਾਂ 'ਚ ਮੁੱਦਾ ਬਣਿਆ ਸੀ। ਆਦਮਪੁਰ 'ਚ ਜਿੰਨੇ ਵੀ MLA ਸਾਹਿਬਾਨ ਆਉਂਦੇ ਸੀ, ਪਬਲਿਕ ਦਾ ਉਹਨਾਂ ਨੂੰ ਸਵਾਲ ਵੀ ਇਹੀ ਹੁੰਦਾ ਸੀ, ਅਤੇ ਉਹਨਾਂ ਕੋਲੋਂ ਇਹ ਸਵਾਲ ਹੱਲ ਨਹੀਂ ਹੋਇਆ। ਅਤੇ ਪਰਮਾਤਮਾ ਦੀ, ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਸੀਵਰੇਜ ਦਾ 47 ਕਰੋੜ ਦਾ ਪ੍ਰੋਜੈਕਟ ਜਿਹੜਾ ਮੈਂ ਪਿਛਲੇ 8 ਮਹੀਨੇ ਤੋਂ ਸ਼ੁਰੂ ਕਰਵਾਤਾ, ਕੰਮ ਅੱਜ ਚੱਲ ਰਿਹਾ। ਅੱਛਾ। ਇਸ ਤੋਂ ਇਲਾਵਾ ਸਪੋਰਟਸ, ਨੌਜਵਾਨਾਂ ਦੇ ਕੰਮ, ਇਸ ਤੋਂ ਇਲਾਵਾ ਰੂਰਲ ਲਿੰਕ ਰੋਡਸ, ਅਤੇ ਪਿੰਡਾਂ 'ਚ ਪੀਣ ਵਾਲਾ ਪਾਣੀ, ਸ਼ਹਿਰਾਂ ਦੇ ਨਾਲ ਨਾਲ ਪੀਣ ਵਾਲਾ ਪਾਣੀ ਪਿੰਡਾਂ 'ਚ ਵੀ ਚਾਹੀਦਾ, ਲੋੜੀਂਦਾ ਆ। ਅਤੇ ਪਿੰਡਾਂ 'ਚ ਪੀਣ ਵਾਲੇ ਪਾਣੀ 'ਚ ਮੈਂ 90% ਪਿੰਡਾਂ 'ਚ ਪਾਣੀ ਦੀਆਂ ਟੈਂਕੀਆਂ ਬਣਾਉਣ ਵਿੱਚ, ਚਲਾਉਣ ਵਿੱਚ ਸਫਲ ਰਿਹਾ। ਔਰ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸ਼ਾਇਦ ਦੁਆਬੇ 'ਚ ਪਹਿਲਾ ਹਲਕਾ ਆ ਆਦਮਪੁਰ ਜਿੱਥੇ ਸਭ ਤੋਂ ਵੱਧ ਵਾਟਰ ਵਰਕਸ, ਪਾਣੀ ਦੀਆਂ ਟੈਂਕੀਆਂ ਬਣੀਆਂ। ਸਕੂਲਾਂ ਦਾ ਮਿਆਰ ਵਧਾਉਣਾ, ਅਪਗ੍ਰੇਡ ਕਰਨਾ, ਸਰਕਾਰੀ ਸਕੂਲਾਂ 'ਚ ਧਿਆਨ ਰੱਖਣਾ, ਇਹ ਨੁਮਾਇੰਦੇ ਦੀ ਡਿਊਟੀ ਹੁੰਦੀ ਹੈ, ਫਰਜ਼ ਹੁੰਦਾ ਹੈ। ਅਤੇ ਸਰਕਾਰੇ ਦੁਆਰੇ ਕਰਪਸ਼ਨ ਨਾ ਹੋਵੇ, ਭ੍ਰਿਸ਼ਟਾਚਾਰ ਨਾ ਹੋਵੇ, ਅਤੇ ਆਮ ਜਨਤਾ ਦੀ ਲੁੱਟ ਖਸੁੱਟ ਨਾ ਹੋਵੇ, ਉਹਨੂੰ ਪਰੇਸ਼ਾਨ ਨਾ ਕੀਤਾ ਜਾਵੇ, ਇਹ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਈ ਆ ਅਤੇ ਮੈਂ ਲੋਕਾਂ ਵਿੱਚ ਹਾਜ਼ਰ ਰਿਹਾ ਹਾਂ ਤਾਂ ਕਿ ਆਮ ਜਨਤਾ ਨੂੰ ਕੋਈ ਮੁਸ਼ਕਲ ਨਾ ਹੋਵੇ। ਤੁਸੀਂ ਇਹ ਤਾਂ ਆਪਣੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਹੈ ਕਿ ਤੁਸੀਂ ਕਿਹੜੇ ਕਿਹੜੇ ਕੰਮ ਕੀਤੇ ਨੇ, ਲੋਕ ਜਾਣਦੇ ਨੇ, ਤੁਹਾਡੇ ਖੇਤਰ ਦੇ ਜੋ ਵੋਟਰ ਨੇ ਉਹ ਇਹਦੇ ਬਾਬਤ ਭਲੀ ਭਾਂਤ ਜਾਣਦੇ ਹੋਣਗੇ, ਪਰ ਤੁਹਾਡੇ ਲਈ ਕੁਝ ਕੁ ਚੁਣੌਤੀਆਂ ਪਹਿਲਾਂ ਵੀ ਸੀ ਅਤੇ ਅੱਜ ਵੀ ਦੇਖਣ ਨੂੰ ਮਿਲਦੀਆਂ, ਕਿਉਂਕਿ ਕੁਝ ਕੁ ਜਿਹੜੇ ਅਕਾਲੀ ਆਗੂ ਨੇ ਉਹਨਾਂ ਨੂੰ ਤੁਸੀਂ ਨਾਲ ਲੈ ਕੇ ਚੱਲਣ ਦੇ ਵਿੱਚ ਅਸਮਰੱਥ ਹੋਏ ਹੋ, ਉਹਦੇ ਪਿੱਛੇ ਕੋਈ ਵੀ ਕਾਰਨ ਹੋ ਸਕਦਾ ਹੈ। ਇਸ ਵਾਰ ਵੀ ਤੁਸੀਂ ਉਮੀਦਵਾਰ ਹੋ, ਇਹਦੇ ਬਾਬਤ ਕੀ ਕਹਿਣਾ ਚਾਹੋਗੇ, ਕਿਹੋ ਜਿਹੀ ਲਾਮਬੰਦੀ ਕਰ ਰਹੇ ਹੋ? ਦੇਖੋ, ਸ਼੍ਰੋਮਣੀ ਅਕਾਲੀ ਦਲ ਬੜੀ ਐਸੀ ਜਥੇਬੰਦੀ ਆ ਜਿਹੜੀ ਬੜੀ ਡਿਸਿਪਲਿਨਡ ਅਤੇ ਬੜੀ ਡੈਡੀਕੇਸ਼ਨ ਨਾਲ ਕੰਮ ਕਰਨ ਵਾਲੀ ਜਥੇਬੰਦੀ ਆ। ਸੋ ਇਹਦੇ ਜਿਹੜੇ ਵਰਕਰ ਆ ਜਾਂ ਆਗੂ ਸਾਹਿਬਾਨ ਆ, ਉਹ ਪਾਰਟੀ ਦਾ ਕਹਾ, ਪਾਰਟੀ ਦਾ ਹੁਕਮ ਜਿਹੜਾ ਆ ਹਮੇਸ਼ਾ ਵਜਾਉਂਦੇ ਆਏ ਆ। ਮੈਂ ਵੀ ਹਮੇਸ਼ਾ ਕੋਸ਼ਿਸ਼ ਕੀਤੀ ਆ, ਕਿਉਂਕਿ ਮੇਰਾ ਕੋਈ ਆਪਣਾ ਕੋਈ ਲਭ ਲਾਲਚ ਨਹੀਂ,
ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਇਮਾਨਦਾਰੀ ਨਾਲ ਅਤੇ ਮਿਹਨਤ ਨਾਲ ਕਰਦਾ ਰਹਿੰਦਾ। ਚੁਣੌਤੀ ਉਹਨਾਂ ਲਈ ਕੋਈ ਤੁਹਾਨੂੰ ਮਹਿਸੂਸ ਹੁੰਦੀ ਹੈ ਕਿ ਨਹੀਂ? ਮੈਨੂੰ ਲੱਗਦਾ ਨਹੀਂ ਵੀ ਕੋਈ ਮੇਰੇ ਹਲਕੇ 'ਚ ਇਹੋ ਜਿਹੀ ਕੋਈ ਪ੍ਰੋਬਲਮ ਆਏਗੀ, ਕਿਉਂਕਿ ਸਭ ਜਿਹੜੇ ਆ ਉਹ ਪੰਥਕ ਲੋਕ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਨੇ ਅਤੇ ਉਹ ਹਮੇਸ਼ਾ ਪਾਰਟੀ ਦੀ ਜਿੱਤ ਵਾਸਤੇ, ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਦੇ ਰਹਿੰਦੇ। ਜਿੱਦਾਂ ਮੈਂ ਵਿਕਾਸ ਦਾ ਕੰਮ ਕਰਦਾ ਰਹਿੰਦਾ ਅਤੇ ਉਹਨਾਂ ਲਈ। ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਹਰ ਜਿਹੜਾ ਆਗੂ ਹੈ ਉਹ ਲੋਕਾਂ ਦੇ ਲਈ ਜਵਾਬਦੇਹ ਰਹੇ, ਅਤੇ ਇਹ ਜਿਹੜੇ ਅਸੀਂ ਬਿਆਨ ਆ ਜਿਹੜੇ ਉਹ ਬੜੇ ਲੀਡਰ ਸਾਹਿਬਾਨ ਦੇ ਕੋਲੋਂ ਸੁਣੇ ਆ ਕਿ ਇੱਕ ਅਨੁਸ਼ਾਸਨ ਦੇ ਵਿੱਚ ਆ ਜਿਹੜੇ ਉਹ ਆਗੂ ਰਹਿੰਦੇ ਨੇ, ਸਾਡੀ ਹਾਈ ਕਮਾਂਡ ਆ ਜਿਹੜੀ ਉਹਦੀ ਘੁਰਕੀ ਤੋਂ ਡਰਦੇ ਵੀ ਨੇ। ਹੋ ਸਕਦਾ ਇਹਨਾਂ ਸ਼ਬਦਾਂ ਨੂੰ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾਵੇ, ਪਰ ਫਿਰ ਵੀ ਕਿਤੇ ਨਾ ਕਿਤੇ ਟਿਕਟ ਨਾ ਮਿਲਣ ਦਾ ਮਲਾਲ ਉਹਨਾਂ ਲੋਕਾਂ ਨੂੰ ਤਾਂ ਹੁੰਦਾ ਹੀ ਆ ਜਿਨ੍ਹਾਂ ਦੇ ਹੱਥ ਦੇ ਵਿੱਚ ਕੁਝ ਨਹੀਂ ਆਉਂਦਾ। ਉਹ ਫਿਰ ਕਿਵੇਂ ਤੁਹਾਡੇ ਨਾਲ ਤੁਰਨਗੇ ਜਾਂ ਕਿਵੇਂ ਲੀਡਰ ਸਾਹਿਬਾਨ ਦੇ ਨਾਲ ਤੁਰਨ ਦੇ ਲਈ ਰਾਜ਼ੀ ਹੁੰਦੇ ਨੇ, ਉਹਦੇ ਪਿੱਛੇ ਕੁਝ ਨਾ ਕੁਝ ਤਾਂ ਚੱਲੇਗਾ? ਦੇਖੋ, ਟਿਕਟ ਦਾ ਜਿਹੜੀ ਜੱਦੋ ਜਹਿਦ 2012 'ਚ ਸੀ, ਲੇਕਿਨ ਇਸ ਵਾਰ ਮੈਨੂੰ ਸਾਰੇ ਹੀ ਪਾਰਟੀ ਦੇ ਆਗੂ ਸਾਹਿਬਾਨਾਂ ਦਾ ਸਹਿਯੋਗ ਪ੍ਰਾਪਤ ਹੈ, ਇਸ ਕਰਕੇ ਟਿਕਟ ਦੀ ਕੋਈ ਸਮੱਸਿਆ ਨਹੀਂ ਆਈ, ਕਿਉਂਕਿ ਸਾਰੇ ਹੀ ਮੇਰੇ ਨਾਲ ਆ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਮੈਂ ਕੋਸ਼ਿਸ਼ ਕਰਦਾ ਹਾਂ। ਅਤੇ ਇਸ ਕਰਕੇ ਮੈਂ ਸਮਝਦਾ ਵੀ ਵਿਕਾਸ ਜਿਹੜਾ ਆ ਨਾ ਉਹ ਪਹਿਲ ਹੋਣੀ ਚਾਹੀਦੀ ਹੈ। ਮੈਂ ਆਪਣਾ ਸਾਰਾ ਧਿਆਨ ਜਿਹੜਾ ਆ ਉਹ ਇਲਾਕੇ ਦੇ ਵਿਕਾਸ ਦੇ ਉੱਤੇ ਕੇਂਦਰਿਤ ਕਰਕੇ ਰੱਖਿਆ, ਔਰ ਇਲਾਕੇ ਲਈ ਮੈਂ ਹਮੇਸ਼ਾ ਆਮ ਲੋਕਾਂ ਲਈ, ਆਮ ਜਨਤਾ ਲਈ ਅਵੇਲੇਬਲ ਰਿਹਾ, ਹਾਜ਼ਰ ਰਿਹਾ। ਪਹਿਲਾਂ ਜਦੋਂ ਅਸੀਂ ਕਾਲਜਿਸ ਵਿੱਚ ਪੜ੍ਹਦੇ ਸੀ ਤਾਂ ਸੁਣਦੇ ਹੁੰਦੇ ਸੀ ਵੀ MLA ਜਾਂ ਵਿਧਾਇਕ ਜਾਂ ਮਿਨਿਸਟਰ ਜਿਹੜੇ ਆ ਉਹ ਸਾਲ ਦੋ ਸਾਲ ਬਾਅਦ ਦਰਸ਼ਨ ਦਿੰਦੇ ਸੀ। ਅਸੀਂ ਉਸ ਰੀਤ ਨੂੰ, ਉਸ ਸਿਸਟਮ ਨੂੰ, ਪਿਰਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ MLA ਜਾਂ ਸਰਪੰਚ ਹੋਏ ਜਾਂ MLA ਹੋਏ, ਕਾਉਂਸਲਰ ਹੋਏ, 24 ਘੰਟੇ ਦੀ ਜੋਬ ਆ। ਮੈਂ ਸਾਰਾ ਹੀ ਆਪਣਾ ਟਾਈਮ ਆਪਣੇ ਹਲਕੇ ਨੂੰ ਡੈਡੀਕੇਟ ਕੀਤਾ, ਸਮਰਪਣ ਕੀਤਾ, ਮੈਂ ਹੋਰ ਕੁਛ ਕੀਤਾ ਹੀ ਨਹੀਂ। ਮੈਂ ਸਮਝਦਾ ਹੋਰ ਕੁਛ ਬੰਦਾ ਕਰ ਵੀ ਨਹੀਂ ਸਕਦਾ। 2012 ਦੇ ਵਿੱਚ ਜਦੋਂ ਤੁਸੀਂ ਚੋਣ ਜਿੱਤੀ, ਉਸ ਵਕਤ ਅਕਾਲੀ ਦਲ ਦਾ ਅਤੇ ਕਾਂਗਰਸ ਪਾਰਟੀ ਦਾ ਮੁਕਾਬਲਾ ਸੀ, ਆਮ ਆਦਮੀ ਪਾਰਟੀ ਮੈਦਾਨ ਦੇ ਵਿੱਚ ਹੀ ਨਹੀਂ ਸੀ। ਇਸ ਵਕਤ ਆਮ ਆਦਮੀ ਪਾਰਟੀ ਵੀ ਕਾਫੀ ਸਰਗਰਮ ਹੈ, ਤੁਹਾਨੂੰ ਇਹ ਨਹੀਂ ਜਾਪਦਾ ਕਿ ਤੁਹਾਡੀ ਚੁਣੌਤੀ ਦੇ ਵਿੱਚ ਵਾਧਾ ਹੋਇਆ ਹੋਊਗਾ? 2014 'ਚ ਆਮ ਆਦਮੀ ਪਾਰਟੀ ਆਈ ਇੱਕਦਮ, ਅਤੇ ਉਸ ਵੇਲੇ ਲੋਕਾਂ ਨੂੰ ਮਿਸਗਾਈਡ ਕਰ ਗਏ, ਲੋਕਾਂ ਨੂੰ ਬਸ ਗਰਮ ਕਰਕੇ, ਝੂਠ ਬੋਲ ਕੇ, ਲੋਕਾਂ ਨੂੰ ਝੂਠੇ ਵਾਅਦੇ, ਝੂਠੇ ਲਾਰੇ ਲਾ ਕੇ, ਤਾਂ ਉਹਨਾਂ ਨੇ ਵੋਟ ਲਈ ਪੰਜਾਬ ਦੇ ਅੰਦਰ। 4 MP ਵੀ ਉਹਨਾਂ ਦੇ ਬਣੇ, ਜਿਹੜੇ ਲੋਕ ਬੜੀ ਇਮਾਨਦਾਰੀ ਦੀ ਗੱਲ ਢਡੋਰਾ ਪਿੱਟਦੇ ਸੀ, ਇਮਾਨਦਾਰੀ ਦਾ, ਜਿਹੜੇ ਕੋਈ ਵੱਖਰੇ ਕਿਸਮ ਦੀ ਪੋਲੀਟਿਕਸ ਦੀ ਗੱਲ ਕਰਦੇ ਸੀ, ਉਹਨਾਂ ਦਾ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਸਾਰਾ ਜਲੂਸ ਨਿਕਲ ਗਿਆ, ਬਿੱਲੀ ਥੈਲੇ 'ਚੋਂ ਬਾਹਰ ਆ ਗਈ, ਬਈ ਉਹ ਕੋਈ ਸਿਧਾਂਤਕ ਲੋਕ ਨਹੀਂ, ਉਹ ਕੋਈ ਸਿਆਸੀ ਲੋਕ ਨਹੀਂ, ਉਹ ਵਿਕਾਸ ਪਸੰਦ ਨਹੀਂ ਕਰਦੇ, ਉਹ ਤਾਂ ਝੂਠੇ, ਫਰੇਬੀ ਅਤੇ ਢੋਂਗੀ ਅਤੇ ਡਰਾਮੇਬਾਜ਼ ਕਿਸਮ ਦੇ ਲੋਕ ਆ। 4 MPਾਂ 'ਚੋਂ 2 ਕਿਤੇ ਚਲ ਗਏ, 2 ਕਿਤੇ ਚਲ ਗਏ, ਔਰ ਅੱਜ ਉਹਨਾਂ ਦੇ ਜਿਹੜੇ ਲੀਡਰ ਆ, ਜਿਹੜੇ ਵੱਖਰੀ ਕਿਸਮ ਦੀ ਰਾਜਨੀਤੀ, ਕਰਪਸ਼ਨ ਨਹੀਂ ਹੋਣੇ ਦੇਣਗੇ ਇਸਕੀ ਬਾਤ ਇਹਦੀ ਗੱਲ ਕਰਦੇ ਸੀ, ਅੱਜ ਉਹਨਾਂ ਦੇ ਵਲੰਟੀਅਰਸ, ਅੱਜ ਉਹਨਾਂ ਦੇ ਆਗੂ ਵਿਚਾਰੇ ਲੁੱਟੇ ਪੁੱਟੇ ਨਜ਼ਰ ਆ ਰਹੇ ਆ ਟਿਕਟਾਂ ਦੇ ਨਾਂ 'ਤੇ। ਸੋ ਜਿਹੜੀ ਜਥੇਬੰਦੀ 'ਚ ਕਰਪਸ਼ਨ ਬਹੁਤ ਜ਼ਿਆਦਾ ਹੋਵੇ ਤਾਂ ਉਹ ਰਿਸ਼ਵਤ ਦੇ ਗੱਲ ਕਿੱਦਾਂ ਕਰ ਸਕਦੀ, ਰਿਸ਼ਵਤ ਬੰਦ ਕਰਨ ਦੀ ਕਿੱਦਾਂ ਗੱਲ ਕਰ। ਤੁਸੀਂ ਗੱਲ ਕਰ ਰਹੇ ਹੋ ਕਿ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਆਮ ਆਦਮੀ ਪਾਰਟੀ ਨੇ ਸਬਜ਼ ਬਾਗ ਦਿਖਾਏ, ਤੁਸੀਂ ਵੀ ਲੋਕ ਸਭਾ ਦੀ ਚੋਣ ਲੜੀ ਪਰ ਸਫਲ ਨਹੀਂ ਹੋਏ, ਹਾਰ ਗਏ, ਕੀ ਇਹਦਾ ਕੀ ਵੀ ਕਾਰਨ ਇਹੀ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਨੇ ਸੁਪਨੇ ਦਿਖਾਏ ਅਤੇ ਲੋਕ ਗੁੰਮਰਾਹ ਹੋ ਗਏ? ਬਿਲਕੁਲ, ਮੈਂ ਕਹਿਣਾ ਚਾਹਾਂਗਾ, ਦੇਖੋ ਜਿਹੜੀ ਉਮੀਦਵਾਰ ਨੂੰ ਜਲੰਧਰ ਲੋਕ ਸਭਾ ਤੋਂ 260,000 ਵੋਟਾਂ ਪਈਆਂ, ਉਹਨੂੰ ਲੋਕਾਂ ਨੇ ਐਵੇਂ ਗਰਮੀ 'ਚ ਆ ਕੇ ਕਾਲੇ ਪੰਚ 260,000 ਵੋਟ ਪਾ ਦਿੱਤੇ, ਜਿਹਨੂੰ ਇਹ ਨਹੀਂ ਪਤਾ ਸੀ ਜਿਹੜੀ ਉਮੀਦਵਾਰ ਨੂੰ ਕਿ ਟੋਟਲ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ ਇੰਡੀਆ 'ਚ, ਜਿਹਨੂੰ ਇਹ ਨਹੀਂ ਪਤਾ ਸੀ ਵੀ ਪਾਰਟੀ ਬਣੀ ਕਦੋਂ ਆਮ ਆਦਮੀ ਪਾਰਟੀ, ਉਹਨੇ ਆਪਣੀ ਇੰਟਰਵਿਊ 'ਚ ਕਿਹਾ ਮੈਂ 10 ਸਾਲ ਹੋ ਗਏ ਇਹਦੇ ਮੈਂਬਰ ਬਣੀ ਨੂੰ, ਜਿਹਨੂੰ ਇਹ ਨਹੀਂ ਪਤਾ ਵੀ ਟੋਟਲ ਲੋਕ ਸਭਾ ਹਲਕੇ ਦੇ ਵੋਟਰ ਕਿੰਨੇ ਆ, ਯਾਨੀ ਇੰਨੀ ਜਾਣਕਾਰੀ ਤੋਂ ਸੱਖਣੇ ਉਮੀਦਵਾਰ ਨੂੰ ਵੀ ਲੋਕਾਂ ਨੇ 260,000 ਵੋਟਾਂ ਪਾਈਆਂ। ਹੋਏ ਸੀ ਲੋਕ ਜਾਂ ਉਮੀਦਵਾਰ ਤੇਜ਼ ਸੀ? ਉਮੀਦਵਾਰ ਦੇ ਤੇਜ਼ੀ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ, ਜਿਹਨੂੰ ਇਹ ਨਹੀਂ ਪਤਾ ਵੀ ਲੋਕ ਸਭਾ ਦੀਆਂ ਟੋਟਲ ਸੀਟਾਂ ਕਿੰਨੀਆਂ, ਵੋਟਾਂ ਕਿੰਨੀਆਂ।
ਲੋਕਾਂ ਨੂੰ ਸਬਜ ਬਾਗ ਦਿਖਾਤੇ। ਚਲੋ ਹਾਰ ਜਾਣਾ ਕੋਈ ਗੱਲ ਨਹੀਂ ਹੁੰਦੀ, ਹਾਰ ਜਿਹੜੀ ਆ ਉਹ ਬੜਾ ਕੁਛ ਸਿਖਾਉਂਦੀ ਇਨਸਾਨ ਨੂੰ, ਲੇਕਿਨ ਹਾਰ ਕੇ ਲੋਕਾਂ ਦੇ ਵਿੱਚ ਰਹਿਣਾ, ਲੋਕਾਂ ਦੀ ਗੱਲ ਸੁਣਨੀ, ਲੋਕਾਂ ਦੀ ਪ੍ਰੋਬਲਮ ਨੂੰ ਸਮਝਣਾ, ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ, ਕਿੱਥੇ ਗਏ ਉਮੀਦਵਾਰਾਂ 'ਚ? ਅੱਜ ਇਹਨਾਂ ਦੇ ਜਿੰਨੇ 13 ਉਮੀਦਵਾਰ ਸੀ ਲੋਕ ਸਭਾ ਲੜੇ ਜਿਹੜੇ, ਉਹਨਾਂ ਵਿੱਚੋਂ 10-11 ਤਾਂ ਭੱਜ ਹੀ ਗਏ ਆ, 2 ਤਾਂ MP ਅਲੱਗ ਹੋ ਗਏ ਇਹਨਾਂ ਤੋਂ। ਉਹ ਆਪ MP ਕਹਿਣ ਲੱਗ ਗਏ ਆ ਬਈ ਅਰਵਿੰਦ ਕੇਜਰੀਵਾਲ ਡਰਾਮੇਬਾਜ਼ ਆ, ਉਹ ਪੰਜਾਬ ਵਿਰੋਧੀ ਆ, ਉਹ ਸਿੱਖ ਵਿਰੋਧੀ ਆ, ਉਹ ਪੰਜਾਬੀ ਵਿਰੋਧੀ ਆ, ਉਹ ਪੰਜਾਬ ਦੇ ਪਾਣੀਆਂ ਦਾ ਵਿਰੋਧ ਕਰਦਾ ਆ। ਸੋ ਇਹ ਚੀਜ਼ਾਂ ਹੁਣ ਉਸ ਵੇਲੇ 2014 'ਚ ਲੋਕਾਂ ਦੇ ਸਾਹਮਣੇ ਨਹੀਂ ਆਈਆਂ ਸੀ। ਉਸ ਵੇਲੇ ਨਵੀਂ ਨਵੀਂ ਜਿੱਦਾਂ ਕੋਈ ਚੀਜ਼ ਆਉਂਦੀ ਨਾ, ਨਵੀਂ ਨਵੀਂ ਕੰਪਨੀ ਆਉਂਦੀ ਆ, ਉਹ ਲੋਕਾਂ ਨੂੰ ਫਟਾਫਟ ਆਪਣੇ ਲਾਰਿਆਂ ਲੂਰਿਆਂ 'ਚ ਲੈ ਲੈਂਦੀ ਆ, ਲੇਕਿਨ ਹੁਣ ਸਾਰਾ ਕੁਝ ਸਾਹਮਣੇ ਆ ਗਿਆ। ਹੁਣ ਇਹਨਾਂ ਦੇ ਮਨ ਦੀ ਗੰਦਗੀ, ਪੰਜਾਬ ਵਿਰੋਧੀ ਸਟੈਂਡ ਲੋਕਾਂ ਦੇ ਸਾਹਮਣੇ ਆ ਗਿਆ, ਤਾਂ ਹੁਣ ਉਹ ਗੱਲਾਂ ਨਹੀਂ ਹੈ। 10 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਆ ਜਿਹੜੀ, ਉਹ ਪੰਜਾਬ ਦੇ ਵਿੱਚ ਸੱਤਾ ਦੇ ਉੱਤੇ ਕਾਬਜ਼ਾ ਹੈ। 10 ਸਾਲਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਵੀ ਕਈ ਗੱਲਾਂ ਤੋਂ ਪੈਦਾ ਹੋਇਆ, ਉਹ ਕਿਹੜੀਆਂ ਕਿਹੜੀਆਂ ਗੱਲਾਂ ਨੇ ਸਾਡੇ ਦਰਸ਼ਕ ਵੀ ਭਲੀ ਭਾਂਤ ਜਾਣਦੇ ਨੇ, ਤੁਸੀਂ ਨੁਮਾਇੰਦੇ ਹੋ ਆਦਮਪੁਰ ਦੇ, ਤੁਸੀਂ ਵੀ ਭਲੀ ਭਾਂਤ ਜਾਣੂ ਆ, ਇਹ ਜਿਹੜੇ 10 ਸਾਲਾਂ ਦੇ ਵਿੱਚ ਰੋਸ ਪੈਦਾ ਹੋਇਆ ਲੋਕ ਮਨਾਂ ਦੇ ਵਿੱਚ, ਤੁਸੀਂ ਕੀ ਮੰਨਦੇ ਹੋ ਕਿ ਇਹ ਜਿਹੜੀਆਂ ਚੋਣਾਂ ਹੁਣ ਹੋਣ ਜਾ ਰਹੀਆਂ, ਇਹਦਾ ਕੋਈ ਅਸਰ ਪਏਗਾ ਪਾਰਟੀ ਦੇ ਵੋਟ ਬੈਂਕ ਦੇ ਉੱਤੇ, ਜੋ ਉਹਦੀ ਜਿੱਤ ਜਾਂ ਹਾਰ ਦੇ ਵਿੱਚ ਕਿੰਨਾ ਕੁ ਜਿਹੜਾ ਇਹ ਰੋਸ ਆ ਉਹ ਕੋਈ ਨਾ ਕੋਈ ਨਿਰਧਾਰਿਤ ਕਰੂਗਾ, ਕੋਈ ਫੈਸਲਾ ਕਰੂਗਾ? ਦੇਖੋ ਗੱਲ ਇਹ ਆ ਵੀ ਇਹ ਪਹਿਲੀ ਵਾਰ ਪੰਜਾਬ 'ਚ ਹੋਇਆ ਵੀ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਨੇ 2012 'ਚ ਵਾਪਸੀ ਕੀਤੀ ਸੀ ਦੂਜੀ ਵਾਰ ਲਗਾਤਾਰ, ਔਰ ਇੱਕੋ ਹੀ ਏਜੰਡਾ ਸੀ, ਇੱਕੋ ਹੀ ਗੱਲ ਲੋਕਾਂ ਨੇ ਪੰਜਾਬੀਆਂ ਨੇ ਧਿਆਨ 'ਚ ਰੱਖੀ ਕਿ ਪੰਜਾਬ 'ਚ ਵਿਕਾਸ ਹੋਇਆ। ਦੂਜਾ ਸੀ ਵੀ ਪੰਜਾਬ 'ਚ ਅਮਨ, ਸ਼ਾਂਤੀ, ਭਾਈਚਾਰਾ ਬਹਾਲ ਰਿਹਾ। 2012 'ਚ ਇਸ ਬੇਸ 'ਤੇ ਸਾਨੂੰ ਵੋਟ ਪਿਆ ਸੀ। 2012 ਤੋਂ ਅੱਜ 2016 ਆ, ਅਤੇ 2012 ਤੋਂ 2016 ਦੇ ਵਿੱਚ ਵੀ ਆਪਾਂ ਨਜ਼ਰ ਦੌੜਾ ਲਈਏ, ਸੋਚ ਲਈਏ ਗੰਭੀਰਤਾ ਨਾਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ 'ਚ ਅਮਨ, ਸ਼ਾਂਤੀ, ਭਾਈਚਾਰਾ ਪੂਰੀ ਤਰ੍ਹਾਂ ਬਹਾਲ ਰਿਹਾ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਦੋਂ 2012 ਤੋਂ 2016 ਤੱਕ ਦੀ ਗੱਲ ਕਰਦੇ ਹਾਂ ਤਾਂ ਸਾਡੇ ਜਿਹੜੇ ਪੁਲਿਸ ਮੁਖੀ ਨੇ ਉਹਨਾਂ ਦਾ ਵੀ ਇੱਕ ਬਿਆਨ ਹੈ ਕਿ ਪੰਜਾਬ ਦੇ ਵਿੱਚ 50 ਤੋਂ ਵੱਧ ਗੈਂਗਸਟਰ ਗਰੁੱਪ ਹੈਗੇ ਨੇ। ਪੰਜਾਬ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਇਹੋ ਜਿਹੀ ਖਬਰ ਆਉਂਦੀ ਹੈ ਕਤਲੋਗਾਰਦ ਦੀ, ਪੰਜਾਬ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਉਹ ਧਰਨੇ ਦੇ ਰਹੇ ਨੇ, ਇਹਦਾ ਮੈਂ ਪ੍ਰਭਾਵ ਜਾਣਨਾ ਚਾਹੁੰਦਾ। ਸਵੰਤ ਸਿੰਘ ਟਹਿਣਾ ਜੀ ਬਿਲਕੁਲ ਠੀਕ ਕਹਿ ਰਹੇ ਹੋ, ਲੇਕਿਨ ਕਿਹੜਾ ਮੁਲਕ ਆ, ਕਿਹੜਾ ਸ਼ਹਿਰ ਆ ਜਿੱਥੇ ਕ੍ਰਾਈਮ ਨਹੀਂ ਹੁੰਦਾ? ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਜਿਹੜਾ ਆਲ ਇੰਡੀਆ ਕ੍ਰਾਈਮ ਚਾਰਟ ਆ ਉਹਦੇ ਵਿੱਚ ਪੰਜਾਬ ਪਹਿਲੀਆਂ 4 ਉਹਨਾਂ ਸਟੇਟਾਂ ਵਿੱਚੋਂ ਆ ਜਿੱਥੇ ਜਿਹੜਾ ਲਾਅ ਐਂਡ ਆਰਡਰ ਜਿਹੜਾ ਆ ਬਹੁਤ ਚੰਗਾ ਆ, ਜਿੱਥੇ ਪੀਸ ਆ, ਪਹਿਲੇ 4 ਸੂਬਿਆਂ 'ਚ ਆਏ। ਜਦਕਿ 2007 'ਚ ਜਿਹੜਾ ਕ੍ਰਾਈਮ ਰਿਪੋਰਟ ਚਾਰਟ ਸੀ 2006-07 'ਚ, ਅਤੇ ਉੱਥੇ ਸਾਡੀ ਪੋਜੀਸ਼ਨ 13ਵੀਂ ਸੀ। ਅੱਜ ਇਹਨਾਂ 10 ਸਾਲਾਂ 'ਚ ਅਸੀਂ ਲਾਅ ਐਂਡ ਆਰਡਰ ਦੇ ਮਾਮਲੇ 'ਚ ਪੰਜਾਬ ਨੇ ਤਰੱਕੀ ਕੀਤੀ ਹੈ, 13ਵੇਂ ਨੰਬਰ ਤੋਂ ਅਸੀਂ ਅੱਜ ਦੇਸ਼ ਦੇ 4 ਸੂਬਿਆਂ 'ਚ ਸ਼ਾਮਿਲ ਹੋ ਗਏ ਹਾਂ ਜਿੱਥੇ ਲਾਅ ਐਂਡ ਆਰਡਰ ਚੰਗਾ ਆ। ਮੈਂ ਇਹ ਨਹੀਂ ਕਹਿੰਦਾ ਵੀ ਕ੍ਰਾਈਮ ਨਹੀਂ ਹੈ, ਲੇਕਿਨ ਕ੍ਰਾਈਮ ਦੀ ਗਿਣਤੀ ਜਿਹੜੀ ਆ ਉਹ ਘੱਟ ਆ ਦੂਜੇ ਸੂਬੇ ਨਾਲ। ਤੁਸੀਂ ਹਰਿਆਣੇ ਦੇਖ ਲਓ, ਸਾਡੇ ਨਾਲ ਦਾ ਸੂਬਾ ਹਰਿਆਣਾ ਆ, ਉੱਥੇ ਰੇਪ, ਉੱਥੇ ਡਕੈਤੀਆਂ, ਉੱਥੇ ਔਰਤਾਂ ਦੇ ਨਾਲ ਅੱਤਿਆਚਾਰ, ਸ਼ੋਸ਼ਣ, ਉੱਥੇ ਮਰਡਰ, ਉੱਥੇ ਅਟੈਂਪਟ ਟੂ ਮਰਡਰ ਸਾਡੇ ਪੰਜਾਬ ਨਾਲੋਂ ਕਿਤੇ ਜ਼ਿਆਦਾ ਹੈ। ਦਿੱਲੀ ਚਲ ਜਾਓ, ਤੁਸੀਂ UP ਚਲ ਜਾਓ, ਬਿਹਾਰ ਚਲ ਜਾਓ, ਜੰਮੂ ਕਸ਼ਮੀਰ ਚਲ ਜਾਓ, ਪੰਜਾਬ ਪੀਸ 'ਚ ਬਹੁਤ ਚੰਗਾ ਸੂਬਾ ਆ, ਡਿਵੈਲਪਮੈਂਟ ਵਾਲਾ ਸੂਬਾ ਆ, ਅੱਗੇ ਵੱਧ ਰਿਹਾ, ਪੂਰੇ ਦੇਸ਼ ਨਾਲੋਂ ਅੱਗੇ ਵੱਧ ਰਿਹਾ। ਬਿਜਲੀ ਆਮੋ ਆਮ ਹੋ ਗਈ ਆ, ਜਿਹਦੀ ਸਾਡੇ ਜਦੋਂ ਅਸੀਂ ਕਾਲਜ 'ਚ ਪੜ੍ਹਦੇ ਹੁੰਦੇ ਸੀ ਉਦੋਂ ਬੁਰੀ ਹਾਲਤ ਹੁੰਦੀ ਸੀ, 15-15 ਘੰਟੇ 'ਤੇ ਕੱਟ ਹੋਇਆ ਕਰਦੇ ਸੀ, ਅੱਜ ਦੂਜੇ ਸੂਬੇ ਪੰਜਾਬ ਵੱਲ ਨੂੰ ਦੇਖਦੇ ਆ। ਪੰਜਾਬ ਨੇ ਤਰੱਕੀ ਕੀਤੀ ਆ, ਇਹ ਸ਼੍ਰੋਮਣੀ ਅਕਾਲੀ ਦਲ BJP 'ਚ ਹੀ ਹੋ ਸਕਿਆ ਕਿ ਸਿਰਫ ਅਸੀਂ ਏਜੰਡਾ ਆਪਣਾ ਡਿਵੈਲਪਮੈਂਟ ਦਾ, ਵਿਕਾਸ ਦਾ, ਪੀਸ ਅਤੇ ਭਾਈਚਾਰੇ ਦਾ ਰੱਖਿਆ। ਤੁਸੀਂ ਹੁਣ ਉਮੀਦਵਾਰ ਹੋ ਆਦਮਪੁਰ ਤੋਂ, ਇੱਕ ਵਾਰ ਫਿਰ ਕਿਸਮਤ ਅਜ਼ਮਾਈ ਕਰ ਰਹੇ ਹੋ, ਪਾਰਟੀ ਨੇ ਤੁਹਾਡੇ ਉੱਤੇ ਭਰੋਸਾ ਪ੍ਰਗਟ ਕੀਤਾ ਹੈ, ਕਾਂਗਰਸ ਨੇ ਹਾਲੇ ਤੱਕ ਆਪਣਾ ਉਮੀਦਵਾਰ ਐਲਾਨ ਨਹੀਂ ਕੀਤਾ, ਤੁਹਾਡੇ ਮੁਕਾਬਲੇ ਆਪ ਦਾ ਉਮੀਦਵਾਰ ਹੈ, ਬਸਪਾ ਨੇ ਵੀ ਹਾਲੇ ਤੱਕ ਉਮੀਦਵਾਰ ਨਹੀਂ ਐਲਾਨ ਕੀਤਾ, ਕੀ ਮੰਨਦੇ ਹੋ ਇਸ ਵਾਰ ਵੋਟਰਾਂ ਦੇ ਜੋ ਮਨ ਉਹ ਸਮਝਣ ਦੇ ਲਈ, ਉਹ ਪੜ੍ਹਨ ਦੇ ਲਈ ਕੋਈ ਖਾਸ ਰਣਨੀਤੀ ਉਲੀਕੀ ਆ, ਜਾਂ ਫਿਰ ਜੋ ਸਿੱਧੇ ਰੂਪ ਦੇ ਵਿੱਚ ਚੱਲੀ ਜਾਂਦਾ ਉਵੇਂ ਚੱਲੇਗਾ? ਦੇਖੋ ਮੈਂ ਨਾ ਇਹ ਦੇਖਦਾ ਹਾਂ ਵੀ ਲੋਕ ਬੜੇ ਸਿਆਣੇ ਆ, ਲੋਕ ਅੱਜ ਦੇ ਦੌਰ 'ਚ ਲੋਕ ਕੰਮ ਦੇਖਦੇ ਆ, ਲੋਕ ਆਦਮੀ ਨੂੰ ਵੀ ਦੇਖਦੇ ਆ,
ਵੀ ਆਦਮੀ ਮਿਲਣ ਸਾਰ ਆ, ਸਾਨੂੰ ਮਿਲ ਪਊਗਾ ਬਾਅਦ 'ਚ। ਮੈਂ ਇਹ ਕੋਸ਼ਿਸ਼ ਕੀਤੀ ਆ, ਪੁਰਾਣੇ ਟ੍ਰੈਡੀਸ਼ਨਲ ਜਿਹੜੇ ਪੁਰਾਣੇ ਸਾਡੇ ਪੋਲੀਟੀਸ਼ੀਅਨ ਹੁੰਦੇ ਸੀ ਕਾਂਗਰਸ ਵੇਲੇ, ਕਿ ਉਹ ਲੋਕਾਂ ਤੋਂ ਦੂਰ ਰਹਿੰਦੇ ਸੀ, ਅਸੀਂ ਉਹਨੂੰ ਪਿਰਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ। ਲੋਕ ਬੜੇ ਸਿਆਣੇ ਆ, ਲੋਕ ਕੰਮ ਨੂੰ, ਲੋਕ ਵਿਕਾਸ ਨੂੰ, ਲੋਕ ਆਪਣੀ ਪਹੁੰਚ ਵਿੱਚ ਜਿਹੜਾ ਬੰਦਾ ਆ ਉਹਨੂੰ ਵੋਟ ਕਰਨਗੇ। ਲੋਕ ਇਹ ਜਿਹੜੀ ਗਤੀ ਆ, ਜਿਹੜੀ ਸਪੀਡ ਡਿਵੈਲਪਮੈਂਟ ਦੀ ਬਣੀ ਹੈ, ਇਹਨੂੰ ਤੋੜਨਗੇ ਨਹੀਂ ਪੰਜਾਬ 'ਚ, ਰਿਸਕ ਨਹੀਂ ਲੈਣਗੇ ਲੋਕ। ਕਿਉਂ, ਦਿੱਲੀ 'ਚ ਅੱਜ ਕੀ ਹੋ ਰਿਹਾ, ਬੁਰੀ ਹਾਲਤ ਆ। ਕਾਂਗਰਸ ਦਾ ਮਿਸਰੂਲ ਜਿਹੜਾ ਆ, ਕਾਂਗਰਸ ਨੇ ਦੇਸ਼ ਨੂੰ ਦਿੱਤਾ ਕੀ ਆ, ਕਰਪਸ਼ਨ। ਅੱਜ ਦੇਸ਼ ਅਗਰ ਭੁਗਤ ਰਿਹਾ ਦੋ ਚੀਜ਼ਾਂ ਤੋਂ ਭੁਗਤ ਰਿਹਾ, ਪਾਪੂਲੇਸ਼ਨ ਐਂਡ ਕਰਪਸ਼ਨ। ਇਹ ਦੋਨੋਂ ਚੀਜ਼ਾਂ ਲਈ ਕਾਂਗਰਸ ਜ਼ਿੰਮੇਵਾਰ ਹੈ। ਅੱਜ ਜਿਹੜੀ ਕਰਪਸ਼ਨ ਹੈ ਵੱਡੇ ਰਿਕਾਰਡ ਤੌਰ 'ਤੇ ਕਾਂਗਰਸ ਨੇ, ਚਾਹੇ UPA ਦੇ ਸੈਂਟਰ ਦੀ ਗੌਰਮੈਂਟ ਸੀ, ਚਾਹੇ ਪੰਜਾਬ 'ਚ ਹੁੰਦਾ ਸੀ। ਅੱਜ ਪੰਜਾਬ 'ਚ ਅਸੀਂ ਨੌਕਰੀਆਂ ਦਿੱਤੀਆਂ ਆ, ਮੈਰਿਟ 'ਤੇ ਦਿੱਤੀਆਂ। ਕਦੀ ਹੋਇਆ ਸੀ ਕਾਂਗਰਸ ਵੇਲੇ ਕੀ ਹੁੰਦਾ ਸੀ, ਟੇਬਲ ਦੇ ਥੱਲੇ ਪੈਸੇ ਚੱਲਦੇ ਸੀ, ਭਾਈ ਭਤੀਜਾ ਵਾ ਚੱਲਦਾ ਸੀ, ਇਹਨਾਂ ਦੇ ਪੈਸੇ ਲੈ ਕੇ ਨੌਕਰੀ ਦਿੱਤੀ ਜਾਂਦੀ ਸੀ। ਪੰਜਾਬ 'ਚ ਪਹਿਲੀ ਵਾਰ ਹੋਇਆ ਮੈਰਿਟ ਦੇ ਉੱਤੇ ਕਾਬਲ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ। ਇਹ ਬੜੀ ਵੱਡੀ ਪ੍ਰਾਪਤੀ ਹੈ, ਪਹਿਲੀ ਵਾਰ ਹੋਇਆ ਪੰਜਾਬ। ਤੁਹਾਡੇ ਹਲਕੇ ਦੇ ਵਿੱਚ ਏਅਰਪੋਰਟ ਦਾ ਹੁਣ ਜਿਹੜਾ 19 ਪੱਥਰ ਰੱਖਿਆ ਗਿਆ, ਏਅਰਪੋਰਟ ਭਵਿੱਖ ਦੇ ਵਿੱਚ ਬਣ ਜਾਵੇਗਾ, ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ ਕਿ ਬਣ ਵੀ ਜਾਵੇ, ਪਰ ਇਹ ਗੱਲ ਮੈਂ ਜ਼ਰੂਰ ਜਾਣਨੀ ਚਾਹੂੰਗਾ ਕਿ ਏਅਰਪੋਰਟ ਦੀ ਕਿੰਨੀ ਕੁ ਲੋੜ ਸੀ ਆਦਮਪੁਰ ਦੇ ਵਿੱਚ ਤੁਹਾਡੇ ਖਿਆਲ ਦੇ ਮੁਤਾਬਕ? ਮੈਂ ਦੇਖੋ ਜੀ, ਏਅਰਪੋਰਟ ਦਾ ਮਾਮਲਾ ਅਸਲ 'ਚ 2014 'ਚ ਮੈਂ ਹੀ ਉਠਾਇਆ ਸੀ ਲੋਕ ਸਭਾ ਚੋਣਾਂ 'ਚ, ਕਿਉਂਕਿ ਮੈਂ ਉਦੋਂ ਲੋਕ ਸਭਾ ਦਾ ਕੈਂਡੀਡੇਟ ਸੀ। ਸੋ ਮੇਰੀ ਇਹ ਜ਼ਿੰਮੇਵਾਰੀ ਸੀ ਕਿ ਪੂਰੇ ਦੁਆਬੇ ਲਈ, ਜਲੰਧਰ ਲਈ ਮੈਂ ਕੋਈ ਐਸੀ ਚੀਜ਼ ਕਰਾਂ ਜਿਹਦੇ ਨਾਲ ਸਾਡੇ ਜਲੰਧਰ ਨੂੰ ਫਾਇਦਾ ਹੋਵੇ। ਏਅਰਪੋਰਟ ਬਣਨ ਦੇ ਨਾਲ ਜਲੰਧਰ ਦੀ ਇੰਡਸਟਰੀ ਤਰੱਕੀ ਕਰੂਗੀ, ਜਲੰਧਰ ਦੇ ਨਾਲ ਦੇ ਡਿਸਟ੍ਰਿਕਟ ਸਾਰੇ ਤਰੱਕੀ ਕਰਨਗੇ, ਕਿਉਂਕਿ ਵਪਾਰ ਜਿਹੜਾ ਹੈ ਨਾ ਉਹ ਵਧਣਾ। ਏਅਰ ਕੁਨੈਕਟੀਵਿਟੀ ਦੀ ਲੋੜ ਆ ਸਾਡੇ। ਗੁਜਰਾਤ ਨੇ ਤਰੱਕੀ ਇਸ ਕਰਕੇ ਕੀਤੀ ਕਿਉਂਕਿ ਉਹਦੇ ਨਾਲ ਸੀ ਆ, ਉਹਦੇ ਨਾਲ ਬੰਦਰਗਾਹ ਲੱਗਦੀਆਂ, ਟਰਾਂਸਪੋਰਟੇਸ਼ਨ ਜਿਹੜਾ ਸਿਸਟਮ ਈਜ਼ੀ ਹੋ ਜਾਂਦਾ, ਸਸਤਾ ਹੋ ਜਾਂਦਾ। ਪੰਜਾਬ 'ਚ ਪ੍ਰੋਬਲਮ ਇਹ ਆ ਵੀ ਲੈਂਡਲੌਕ ਸਟੇਟ ਆ, ਅਤੇ ਇੱਥੇ ਏਅਰ ਕੁਨੈਕਟੀਵਿਟੀ ਹੋਣੀ ਬਹੁਤ ਜ਼ਰੂਰੀ ਆ। ਸਾਡਾ ਸਪੋਰਟਸ ਆ, ਸਾਡਾ ਸਰਜੀਕਲ ਆ, ਸਾਡਾ ਪਾਈਪ ਫਿਟਿੰਗ ਬਿਜ਼ਨਸ ਆ, ਸਾਡੇ ਬਹੁਤ ਸਾਰਾ ਸਾਡਾ ਕਾਰੋਬਾਰ ਆ, ਚਮੜੇ ਦਾ ਕਾਰੋਬਾਰ ਆ ਸਾਡਾ। ਜੇ ਬਾਹਰਲਾ ਵਪਾਰੀ ਸਾਡੇ ਕੋਲ ਈਜ਼ੀ ਆ ਜਾਏਗਾ ਤਾਂ ਸਾਡਾ ਪ੍ਰੋਡਕਟ ਬਾਹਰ ਵਿਕੇਗਾ, ਦੌੜੇਗਾ। ਪਰ ਜਿਹੜਾ ਬਾਹਰ ਆ, ਜਿਹੜਾ ਗਾਹਕ ਆ, ਜਦੋਂ ਉਹਨੂੰ ਦਿੱਲੀ ਵਿਚਾਰੇ ਨੂੰ ਆਉਣਾ ਪਊਗਾ, ਦਿੱਲੀ ਤੋਂ 9 ਘੰਟੇ ਜਲੰਧਰ ਆਉਣ ਨੂੰ ਲੱਗ ਜੂਗੇ, ਉਹ ਬਿਲਕੁਲ ਪਿੱਛੇ ਹਟ ਜਾਂਦਾ, ਕਿਉਂਕਿ ਅੱਜ ਦੇ ਸਮੇਂ 'ਚ ਟਾਈਮ ਦੀ ਕੀਮਤ ਆ। ਇੱਕ ਤਾਂ ਵਪਾਰ ਵਧੇਗਾ, ਨੰਬਰ 2 ਜਿੰਨਾ ਵੀ ਦੁਆਬੀਏ ਆ ਸਾਡੇ, ਇਹ ਸਾਰੇ ਬਾਹਰ ਗਏ, ਹਰ ਘਰ 'ਚੋਂ 1 ਜਾਂ 2 ਮੈਂਬਰ ਬਾਹਰ ਆ, ਸਾਨੂੰ ਆਉਣਾ ਸੌਖਾ ਹੋ ਜਾਏਗਾ। ਸਾਨੂੰ ਦਿੱਲੀ ਦਾ ਜਿਹੜਾ ਬਾਇਆ ਸੀ 9 ਘੰਟੇ ਦਾ, ਉਹ ਖਤਮ ਹੋ ਜਾਏਗਾ, ਦਿੱਲੀ ਤੋਂ ਸਿੱਧੀ ਫਲਾਈਟ ਆ ਜਾਏਗੀ ਜਾਂ ਸਿੱਧੀ ਆਦਮਪੁਰ ਆ ਜਾਏਗੀ। 3, ਇੰਪਲਾਇਮੈਂਟ ਕ੍ਰੀਏਟ ਹੋਏਗੀ, ਰੁਜ਼ਗਾਰ ਕ੍ਰੀਏਟ ਹੋਏਗਾ, ਸਾਡੇ ਬੱਚਿਆਂ ਨੂੰ ਰੁਜ਼ਗਾਰ ਚਾਹੀਦਾ ਆ, ਇੱਥੇ ਟਰਾਂਸਪੋਰਟ ਬਿਜ਼ਨਸ ਆਏਗਾ, ਇੱਥੇ ਹੋਟਲ ਇੰਡਸਟਰੀ ਆਏਗੀ, ਇੱਥੇ ਏਅਰਲਾਈਨ ਇੰਡਸਟਰੀ ਆਏਗੀ, ਇੱਥੇ ਬਹੁਤ ਸਾਰਾ ਕੰਮ, ਇੱਥੇ ਹਾਊਸਿੰਗ ਇੰਡਸਟਰੀ ਆਊਗੀ, ਅਤੇ ਬਿਜ਼ਨਸ ਵੀ ਨਿਕਲੂਗਾ, ਅਤੇ ਇੱਥੇ ਨੌਜਵਾਨਾਂ ਨੂੰ ਕਾਰੋਬਾਰ ਵੀ ਮਿਲੂਗਾ, ਇੰਪਲਾਇਮੈਂਟ ਮਿਲੂਗੀ, ਨੌਕਰੀਆਂ ਮਿਲਣਗੀਆਂ। ਕਿੰਨੀ ਦੇਰ ਦੇ ਵਿੱਚ ਬਣ ਜਾਏਗਾ ਏਅਰਪੋਰਟ? ਦੇਖੋ, ਜ਼ਮੀਨ ਪੰਜਾਬ ਸਰਕਾਰ ਨੇ ਦੇ ਦਿੱਤੀ ਲੈ ਕੇ 40 ਏਕੜ, ਔਰ ਮੈਨੂੰ ਖੁਸ਼ੀ ਹੈ ਕਿ ਸਾਡੇ ਉਸ ਇਲਾਕੇ ਦੇ ਕਿਸਾਨਾਂ ਨੇ ਬੜੇ ਖੁਸ਼ ਹੋ ਕੇ ਸਾਨੂੰ ਜ਼ਮੀਨ ਏਅਰਪੋਰਟ ਨੂੰ ਦਿੱਤੀ ਹੈ। ਨੰਬਰ 2, ਜ਼ਮੀਨ ਦੇ ਦਿੱਤੀ ਆ, 70 ਕਰੋੜ ਰੁਪਈਆ ਸੈਂਟਰ ਗੌਰਮੈਂਟ ਨੇ ਦੇ ਦਿੱਤਾ, ਸਿਰਫ ਟਰਮੀਨਲ ਬਣਨਾ ਹੈ। ਹੁਣ ਸਾਡੇ ਕੋਲ ਏਅਰਫੋਰਸ ਦਾ ਰਨਵੇ, ਪ੍ਰੋਪਰ ਰਨਵੇ ਜਿਹਦੇ ਉੱਤੇ ਬੋਇੰਗ ਜਹਾਜ਼ ਉੱਤਰ ਸਕਦਾ ਅਤੇ ਚੜ੍ਹ ਸਕਦਾ, ਸਿਰਫ ਸਾਨੂੰ ਅੱਜ ਟਰਮੀਨਲ ਦੀ ਲੋੜ ਆ, ਜਿਹੜਾ ਸਾਨੂੰ ਕੰਪਨੀ ਨੇ ਸਿਰਫ 6 ਮਹੀਨੇ ਦਾ ਟਾਈਮ ਦਿੱਤਾ। ਸੋ ਲਾ ਪਾ ਕੇ 8 ਮਹੀਨਿਆਂ ਬਾਅਦ ਆਦਮਪੁਰ ਤੋਂ ਫਲਾਈਟ ਜਿਹੜੀ ਆ ਉਹ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਜਾਂ ਜਿਹੜੇ ਵਿਦੇਸ਼ ਜਾਣ ਵਾਲੇ ਲੋਕ ਆ ਆਦਮਪੁਰ ਤੋਂ ਫਲਾਈਟ ਲੈ ਸਕਣਗੇ। ਨੋਟਬੰਦੀ ਨੇ ਬਹੁਤ ਵੱਡਾ ਪ੍ਰਭਾਵ ਪਾਇਆ ਲੋਕਾਂ ਦੀ ਮਾਨਸਿਕਤਾ ਦੇ ਉੱਤੇ, ਵਿਧਾਨ ਸਭਾ ਦੀਆਂ ਚੋਣਾਂ ਸਿਰ ਦੇ ਉੱਤੇ ਆ, 5 ਸੂਬਿਆਂ ਦੇ ਵਿੱਚ ਇਹ ਚੋਣਾਂ ਹੋਣੀਆਂ। ਕੀ ਮੰਨਦੇ ਹੋ ਕਿ ਨੋਟਬੰਦੀ ਦਾ ਵੀ ਵੋਟਰਾਂ ਦੇ ਜ਼ਿਹਨੀਅਤ ਦੇ ਉੱਤੇ, ਮਾਨਸਿਕਤਾ ਦੇ ਉੱਤੇ ਕੋਈ ਅਸਰ ਪਊਗਾ ਕਿ ਨਹੀਂ? ਪੋਜ਼ਿਟਿਵ ਲੈਂਦੇ ਹੋ ਕਿ ਨੈਗੇਟਿਵ? ਦੇਖੋ, ਮੈਂ ਇਹਨੂੰ ਪੋਜ਼ਿਟਿਵ ਲੈਂਦਾ, ਪਰ ਲੋਕ ਤਾਂ ਵਿਚਾਰੇ ਬਹੁਤ ਲੰਮੀਆਂ ਕਤਾਰਾਂ। ਇੱਕ ਰਿਪੋਰਟ ਪੜ੍ਹੀ ਹੈ ਕਿ 25% ਬਲੈਕ ਮਨੀ ਹੈ ਜਿਹੜੀ ਉਹ ਬਾਹਰ ਨਿਕਲੀ ਹੈ ਨੋਟਬੰਦੀ ਦੇ 50 ਦਿਨਾਂ ਦੇ ਵਿੱਚ। ਦੇਖੋ, ਮੈਂ ਸਮਝਦਾ ਵੀ ਜਿਹੜਾ ਨਾ ਲੋਕਾਂ ਕੋਲ ਕਾਲਾ ਧਨ ਸੀ, ਕਰਪਸ਼ਨ ਦਾ ਪੈਸਾ ਸੀ, ਕਾਲਾ ਧਨ ਸੀ, ਉਹ ਵੈਸੇ ਤਾਂ ਰਾਤੋ ਰਾਤ ਉਹਦਾ ਖਾਤਮਾ ਹੋ ਗਿਆ। ਆਮ ਲੋਕਾਂ ਨੂੰ ਮੁਸ਼ਕਲ ਆਈ ਹੈ,
ਦੇਸ਼ 'ਚ ਕੋਈ ਜੰਗ ਵੀ ਲੱਗ ਜਾਏ ਮੁਸ਼ਕਲ ਹਰ ਇਨਸਾਨ ਨੂੰ ਆਉਂਦੀ ਆ। ਜਦੋਂ ਕੋਈ ਪਰਿਵਰਤਨ ਵੱਡੇ ਹੁੰਦੇ ਆ ਹਰ ਇੱਕ ਨੂੰ ਟੋਇਲਟ ਕਰਨਾ ਪੈਂਦਾ, ਬੀਅਰ ਕਰਨਾ ਪੈਂਦਾ, ਮੁਸ਼ਕਲ ਸਹਿਣੀ ਪੈਂਦੀ ਆ। ਅੱਜ ਕੋਈ ਹਮਲਾ ਹੋ ਜਾਵੇ ਹਰ ਬੰਦੇ ਨੂੰ ਮੁਸ਼ਕਲ ਆਏਗੀ। ਸੋ ਇਸ ਕਰਕੇ ਇਹ ਦੇਸ਼ ਨੂੰ ਸੁਧਾਰ ਵੱਲ ਨੂੰ ਇੱਕ ਫੈਸਲਾ ਆ ਮੈਂ ਸਮਝਦਾ, ਅਤੇ ਇਹਦਾ ਅਸਰ ਜਿਹੜਾ ਆ ਧੀਰੇ ਧੀਰੇ ਹੌਲੀ ਹੌਲੀ ਇਹਦਾ ਅਸਰ ਚੰਗਾ ਆਊਗਾ। ਹਾਂ, ਲੋਕਾਂ ਨੂੰ ਮੁਸ਼ਕਲ ਆਉਂਦੀ ਜਦੋਂ ਸਾਨੂੰ ਵੀ ਬੜਾ ਚੰਗਾ ਨਹੀਂ ਲੱਗਦਾ, ਅਤੇ ਸਾਨੂੰ ਸਾਰਿਆਂ ਨੂੰ ਆਈ ਹੈ, ਸਾਨੂੰ ਵੀ ਆਈ ਹੈ ਮੁਸ਼ਕਲ। ਕਈ ਵਾਰੀ ਕਿਸੇ ਸਮਾਗਮ 'ਤੇ ਜਾਣਾ ਹੁੰਦਾ, ਪੈਸੇ ਨਹੀਂ ਹੁੰਦੇ, ਫਿਰ ਨਾਲ ਦੇ ਬੰਦਿਆਂ ਕੋਲ ਉਧਾਰ ਫੜੀ ਦੇ, ਕੈਸ਼ਲੈਸ ਹੋ ਗਿਆ ਕੰਮ। ਲੇਕਿਨ ਇਹ ਆ ਵੀ ਹੌਲੀ ਹੌਲੀ ਪੜ੍ਹੇ ਲਿਖੇ ਬੰਦੇ ਵੀ ਜਿਹੜੇ ਦੂਜੇ ਤਰੀਕੇ ਯੂਜ਼ ਨਹੀਂ ਕਰਦੇ ਸੀ, ਕ੍ਰੈਡਿਟ ਕਾਰਡ ਯੂਜ਼ ਨਹੀਂ ਕਰਦੇ ਸੀ, ਏਟੀਐਮ ਯੂਜ਼ ਨਹੀਂ ਕਰਦੇ ਸੀ, ਪੇਟੀਐਮ ਯੂਜ਼ ਨਹੀਂ ਕਰਦੇ ਸੀ, ਉਹ ਵੀ ਉੱਧਰ ਨੂੰ ਹੁਣ ਤੁਰ ਪਿਆ। ਈਵਨ ਜਿਹੜੇ ਬੰਦੇ ਘੱਟ ਪੜ੍ਹੇ ਲਿਖੇ ਵੀ ਆ ਉਹ ਵੀ ਇੱਧਰ ਨੂੰ ਸਿੱਖਣ ਲੱਗ ਗਿਆ ਵੀ ਕੁਛ ਕਰਨਾ ਹੀ ਪਊਗਾ। ਸੋ ਰਸਤਾ ਨਿਕਲਿਆ ਹੈਗਾ। ਏਅਰਪੋਰਟ ਦੇ ਨਾਲ ਨਾਲ ਮੈਂ ਇੱਥੇ ਜ਼ਰੂਰ ਦੱਸਣਾ ਚਾਹਾਂਗਾ ਕਿ ਭੋਗਪੁਰ ਦੀ ਕੋਆਪਰੇਟਿਵ ਸ਼ੂਗਰ ਮਿੱਲ ਜਿਹੜੀ 1954 ਦੀ ਬਣੀ ਹੋਈ ਆ, ਅੱਜ ਸਾਡੀ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ 102 ਕਰੋੜ ਰੁਪਈਆ ਲਾ ਕੇ ਉਹਨੂੰ ਨਵਿਆਉਣ, ਉਹਨੂੰ ਅਪਗ੍ਰੇਡ ਕਰਨ ਦਾ ਵੀ ਜਿਹੜਾ ਫੈਸਲਾ ਲਿਆ, ਔਰ ਉਹਦਾ ਨੀਂਹ ਪੱਥਰ ਸਾਡੇ ਉਪ ਮੁੱਖ ਮੰਤਰੀ ਜੀ ਪਿਛਲੀ 16 ਤਰੀਕ ਨੂੰ ਰੱਖ ਕੇ ਗਏ ਆ, ਔਰ ਸਰਕਾਰ ਨੇ ਸਾਰਾ ਉਹਦੇ ਵਾਸਤੇ ਪੈਸਾ ਦੇ ਦਿੱਤਾ। ਮੈਂ ਸਮਝਦਾ ਸ਼ੂਗਰ ਮਿੱਲ ਦੇ ਨਾਲ ਬਣਨ ਦੇ ਨਾਲ ਨਾਲ ਸਾਡੇ ਇਲਾਕੇ ਦੇ ਕਿਸਾਨਾਂ ਨੂੰ ਅਤੇ ਨੌਜਵਾਨ ਨੂੰ ਬਹੁਤ ਫਾਇਦਾ ਹੋਏਗਾ, ਉੱਥੇ ਇੰਪਲਾਇਮੈਂਟ ਵੀ ਨਾਲ ਮਿਲੇਗੀ ਉਹਦੇ। ਮੈਨੂੰ ਖਾਸ ਕਰਕੇ ਏਅਰਪੋਰਟ ਦੇ ਨਾਲ ਨਾਲ ਸ਼ੂਗਰ ਮਿੱਲ ਬਣਨ ਦੀ ਬਹੁਤ ਖੁਸ਼ੀ ਹੋਈ ਹੈ। ਤੁਸੀਂ ਆਪਣੇ ਜੋ ਇਲਾਕੇ ਦੇ ਵਿੱਚ ਆਪਣੇ ਖੇਤਰ ਦੇ ਵਿੱਚ ਕਿਹੋ ਜਿਹੀਆਂ ਸਰਗਰਮੀਆਂ ਵਿੱਢੀਆਂ ਹੋਈਆਂ, ਕਿਉਂਕਿ ਮੇਰਾ ਖਿਆਲ ਕਿ ਤੁਸੀਂ ਤਾਂ ਆਪਣੇ ਦੌਰੇ ਸ਼ੁਰੂ ਵੀ ਕਰ ਦਿੱਤੇ ਆ, ਲੋਕਾਂ ਦੇ ਨਾਲ ਤਾਲਮੇਲ ਸਥਾਪਿਤ ਕਰ ਰਹੇ ਹੋ, ਕਿੰਨਾ ਕੁ ਦੌਰਾ ਕਰ ਲਿਆ ਅਤੇ ਲੋਕਾਂ ਦੇ ਕਿਹੋ ਜਿਹੇ ਸਵਾਲ ਨੇ ਅਤੇ ਕਿਹੋ ਜਿਹੀ ਲੋਕਾਂ ਦੀ ਸ਼ੰਕਾ ਨਿਵਰਤੀ ਕਰ ਰਹੇ? ਇਹ ਆ ਵੀ ਵੈਸੇ ਤਾਂ ਜਿਹੜੀ ਗੱਲ ਮੈਂ ਕਹੂੰਗਾ ਕਿ ਮੈਂ ਦੌਰੇ ਸ਼ੁਰੂ ਕੀਤੇ ਆ, ਪਬਲਿਕ ਜ਼ਿਆਦਾ ਅੱਛੇ ਤਰੀਕੇ ਨਾਲ ਦੱਸ ਸਕਦੀ, ਪਰ ਮੈਂ 2012 ਤੋਂ ਹੀ ਆਪਣਾ ਦੌਰਾ ਬੰਦ ਨਹੀਂ ਕੀਤਾ। ਮੈਂ ਜ਼ਿੰਮੇਵਾਰ ਨੁਮਾਇੰਦਾ ਬਣਿਆ, ਰਿਸਪੋਂਸੀਬਲ ਰਿਲਾਇਬਲ ਮੈਂ ਨੁਮਾਇੰਦਾ ਬਣਿਆ, ਮੈਂ ਦੌਰਾ ਬੰਦ ਹੀ ਨਹੀਂ ਕੀਤਾ। ਮੈਂ ਨਲਾਇਕ ਸਟੂਡੈਂਟਾਂ ਵਾਂਗੂ ਆਖਰੀ 3 ਮਹੀਨੇ ਦਿਨ ਰਾਤ ਨਹੀਂ ਕੀਤੀ, ਮੈਂ ਹਮੇਸ਼ਾ ਹੀ ਦਿਨ ਰਾਤ ਕੀਤੀ ਆ। ਮੇਰਾ ਸਵੇਰ ਨੂੰ ਦਿਨ ਜਿਹੜਾ ਆ ਉਹ 6, 6:30 ਵਜੇ ਸ਼ੁਰੂ ਹੋ ਕੇ ਰਾਤ ਦੇ 10, 11 ਵਜੇ ਤੱਕ ਲਗਾਤਾਰ ਚੱਲਦਾ ਹੀ ਰਹਿੰਦਾ, ਮੈਂ ਕੰਮ ਕਰਦਾ ਹੀ ਰਹਿੰਦਾ। ਇਸ ਗੱਲ ਦੀ ਜਾਣਕਾਰੀ ਤੁਸੀਂ ਮੇਰੇ ਹਲਕੇ 'ਚੋਂ ਵੀ ਪੁੱਛ ਸਕਦੇ ਹਾਂ, ਜਿੱਥੇ ਮੈਂ ਕੰਮ ਕਰਦਾ, ਜਿੱਥੇ ਮੈਂ ਵਿਚਰਦਾ, ਉੱਥੋਂ ਵੀ ਪੁੱਛ ਸਕਦੇ ਹਾਂ। ਸੋ ਮੈਂ ਦੌਰਾ ਬੰਦ ਹੀ ਨਹੀਂ ਕੀਤਾ 2012 ਤੋਂ, ਮੈਂ ਲੋਕਾਂ ਤੋਂ ਗੈਰ ਹਾਜ਼ਰ ਰਿਹਾ ਹੀ ਨਹੀਂ। ਮੈਂ ਕਿਹਾ ਨਾ, ਪੁਰਾਣੇ ਪੋਲੀਟੀਸ਼ੀਅਨਾਂ ਦੀ ਆਦਤ ਹੁੰਦੀ ਸੀ ਕਾਂਗਰਸੀਆਂ ਦੀ ਕਿ ਵੜੋ ਹੀ ਨਾ 4-4 ਸਾਲ, ਆਖਰੀ ਸਾਲ ਆਣ ਕੇ ਫਿਰ ਜੱਫੀਆਂ ਪਾਉਣ ਲੱਗ ਜਾਓ। ਨਹੀਂ, ਹੁਣ ਉਹ ਜ਼ਮਾਨਾ ਚਲੇ ਗਿਆ, ਤੁਹਾਨੂੰ ਜ਼ਿੰਮੇਵਾਰ ਬਣਨਾ ਪਏਗਾ, ਤੁਹਾਨੂੰ ਰਿਲਾਇਬਲ ਬਣਨਾ ਪਏਗਾ। ਕੀ ਕਹਿਣਾ ਚਾਹੋਗੇ ਅਖੀਰ 'ਤੇ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਨੂੰ, ਕੀ ਕਹਿਣਾ ਚਾਹੋਗੇ ਆਪਣੇ ਖੇਤਰ ਦੇ ਲੋਕਾਂ ਨੂੰ, ਵੋਟਰਾਂ ਨੂੰ? ਮੈਂ ਆਪਣੇ ਖੇਤਰ ਦੇ ਵੋਟਰਾਂ ਨੂੰ ਇਹ ਬੇਨਤੀ ਕਰੂੰਗਾ, ਮੈਂ ਬੜੀ ਇਮਾਨਦਾਰੀ ਨਾਲ ਬੜੇ ਸਮਝ ਸੂਝ ਨਾਲ ਇਲਾਕੇ ਦੇ ਵਿਕਾਸ ਲਈ ਕੋਸ਼ਿਸ਼ ਕੀਤੀ ਆ, ਚਾਹੇ ਉਹ ਪਾਣੀ ਦਾ ਮਾਮਲਾ, ਚਾਹੇ ਸਿਵਰੇਜ ਦਾ ਮਾਮਲਾ, ਚਾਹੇ ਪਿੰਡਾਂ 'ਚ ਗਲੀਆਂ ਨਾਲੀਆਂ ਦਾ ਮਾਮਲਾ, ਚਾਹੇ ITI ਦਾ ਮਾਮਲਾ, ਹੁਣ ਅਸੀਂ ਕਾਲਜ ਵੀ ਬਣਾਉਣ ਜਾ ਰਹੇ ਹਾਂ ਡਿਵੈਲਪਮੈਂਟ ਦੇ ਮਾਮਲੇ 'ਚ। ਦੂਜਾ, ਆਮ ਲੋਕਾਂ ਦੀ ਪਹੁੰਚ ਵਿੱਚ ਰਿਹਾ ਮੈਂ ਹਮੇਸ਼ਾ, ਮੈਂ ਕਰਪਸ਼ਨ ਦੇ ਖਿਲਾਫ਼, ਭ੍ਰਿਸ਼ਟਾਚਾਰ ਦੇ ਖਿਲਾਫ਼ ਹਮੇਸ਼ਾ ਕਦਮ ਚੁੱਕਦਾ ਰਿਹਾ, ਅਤੇ ਆਪਾਂ ਪੰਜਾਬ ਦੀ ਚੜ੍ਹਦੀ ਕਲਾ ਲਈ, ਪੰਜਾਬ 'ਚ ਅਮਨ ਭਾਈਚਾਰਾ ਸ਼ਾਂਤੀ ਲਈ, ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਜੋ ਵਿਕਾਸ ਦੀ ਲਹਿਰ ਚਲਾਈ ਆ ਉਹਦੇ ਵਿੱਚ ਆਪਣਾ ਹਿੱਸਾ ਫਿਰ ਦੁਬਾਰਾ ਪਾਈਏ। ਅਸੀਂ ਕਿਸਮਤ ਵਾਲੇ ਹਾਂ, ਸਾਨੂੰ ਪ੍ਰਕਾਸ਼ ਸਿੰਘ ਬਾਦਲ ਜੀ ਵਰਗਾ ਮੁੱਖ ਮੰਤਰੀ ਮਿਲਿਆ ਜਿਹੜਾ ਸਾਰੇ ਵਰਗਾਂ ਨਾਲ ਇੱਕੋ ਜਿਹਾ ਵਿਵਹਾਰ ਕਰਦੇ ਆ, ਜਿੱਥੇ ਕਿਸਾਨ ਦਾ ਧਿਆਨ ਰੱਖਦੇ ਆ, ਜਿੱਥੇ ਕਿਸਾਨ ਦੀ ਫਸਲ ਦਾ ਮੁੱਲ ਮਿਲਦਾ, ਜਿੱਥੇ ਕਿਸਾਨ ਨੂੰ ਮੁਫ਼ਤ ਬਿਜਲੀ ਮਿਲਦੀ ਆ, ਉੱਥੇ ਗਰੀਬ ਨੂੰ 2 ਰੁਪਈਏ ਕਿਲੋ ਕਣਕ ਮਿਲਦੀ ਆ, ਉੱਥੇ ਗਰੀਬ ਨੂੰ, ਆਮ ਲੋਕਾਂ ਨੂੰ, ਆਮ ਜਨਤਾ ਨੂੰ ਮੁਫ਼ਤ ਦਵਾਈ ਅਤੇ ਮੁਫ਼ਤ ਟੈਸਟਾਂ ਦੀ ਜਿਹੜੀ ਆ ਉਹ ਸਹੂਲਤ ਮਿਲਦੀ ਹੈ, ਅਤੇ ਦੇਸ਼ ਨੂੰ, ਪੰਜਾਬ ਨੂੰ ਤਰੱਕੀ ਦੇ ਰਸਤੇ 'ਤੇ ਲਿਜਾਣ ਲਈ ਜੋ ਕੀਤਾ ਆ ਉਹਨੂੰ ਧਿਆਨ ਵਿੱਚ ਰੱਖ ਕੇ ਵੋਟਾਂ ਪਾਓ। ਅਤੇ ਜਿਹੜੀਆਂ ਪਾਰਟੀਆਂ ਸਿਰਫ ਗੱਲਾਂ ਕਰਦੀਆਂ ਉਹਨਾਂ ਦਾ ਟਰੈਕ ਰਿਕਾਰਡ ਦੇਖੋ, ਕਾਂਗਰਸ ਦਾ 2002 ਤੋਂ ਲੈ ਕੇ 2007 ਦਾ ਰਿਕਾਰਡ ਦੇਖੋ, ਅਤੇ ਦਿੱਲੀ ਜਿਹੜੀ ਪਾਰਟੀ ਹੈਗੀ ਆ ਝਾੜੂ ਵਾਲੀ ਉਹਨਾਂ ਦਾ ਦਿੱਲੀ ਦਾ ਕੰਮ ਦੇਖ ਲਓ ਅਤੇ ਬਾਦਲ ਸਾਹਿਬ ਦਾ ਕੰਮ ਦੇਖ ਲਓ, ਤਾਂ ਫੈਸਲਾ ਕਰ ਦਿਓ ਅਤੇ ਤਰੱਕੀ ਪੰਜਾਬ 'ਚ ਹੁੰਦੀ ਰਹੇ। ਟੀਨੂ ਜੀ, ਮੇਰੇ ਸਵਾਲ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ,
ਤੁਸੀਂ ਸਟੂਡੀਓ ਦੇ ਵਿੱਚ ਆਏ, ਸਾਡੇ ਦਰਸ਼ਕਾਂ ਦੇ ਨਾਲ ਸੰਪਰਕ ਆ ਜਿਹੜਾ ਉਹ ਸਥਾਪਿਤ ਕੀਤਾ। ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ। ਧੰਨਵਾਦ ਜੀ। ਦੋਸਤੋ, ਇਹ ਸਨ ਪਵਨ ਕੁਮਾਰ ਟੀਨੂ ਹੋਰੀ, ਜਿਹੜੇ ਕਿ ਇਸ ਵਕਤ ਆਦਮਪੁਰ ਖੇਤਰ ਤੋਂ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਉਮੀਦਵਾਰ ਨੇ। ਇਹਨਾਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਇਹਨਾਂ ਦੇ ਵਿਚਾਰਾਂ ਦੇ ਨਾਲ, ਇਹਨਾਂ ਦੀ ਕਹਿਣੀ ਦੇ ਨਾਲ ਤੁਸੀਂ ਕਿੰਨੇ ਸਹਿਮਤ ਹੋ ਇਹਦੇ ਬਾਬਤ, ਇਹ ਤੁਹਾਡੀ ਆਪਣੀ ਰਾਏ ਆ, ਇਹ ਤੁਸੀਂ ਆਪਣੇ ਨਿੱਜੀ ਤੌਰ ਦੇ ਉੱਤੇ ਵਿਚਾਰ ਆ ਜਿਹੜੇ ਉਹ ਦੇ ਸਕਦੇ ਹੋ, ਵਿਚਾਰ ਵਟਾਂਦਰਾ ਕਰ ਸਕਦੇ ਹੋ। ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਮੁਲਾਕਾਤ ਆ ਜਿਹੜੀ ਪਸੰਦ ਆਈ ਹੋਏਗੀ। ਵੋਟ ਦੇਣਾ ਹਰ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ, ਸਾਡਾ ਫਰਜ਼ ਵੀ ਹੈ। ਸੋ ਅਸੀਂ ਆਪਣੇ ਚੰਗੇ ਨੁਮਾਇੰਦਿਆਂ ਨੂੰ ਚੁਣੀਏ। ਇਹ ਅਸੀਂ ਨਿੱਜੀ ਤੌਰ ਦੇ ਉੱਤੇ ਅਜੀਤ ਵੈੱਬ ਟੀਵੀ ਦੀ ਟੀਮ ਦੇ ਵੱਲੋਂ ਹਮੇਸ਼ਾ ਬੇਨਤੀ ਕਰਦੇ ਹਾਂ ਆਪਣੇ ਦਰਸ਼ਕਾਂ ਨੂੰ ਕਿ ਆਪਣੇ ਵੋਟ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ। ਕਿਸੇ ਵੀ ਅਸੀਂ ਉਮੀਦਵਾਰ ਨੂੰ ਨਿੱਜੀ ਤੌਰ ਦੇ ਉੱਤੇ ਇਹ ਨਹੀਂ ਕਹਿੰਦੇ ਕਿ ਇਹਨਾਂ ਨੂੰ ਵੋਟ ਪਾਓ, ਮਰਜ਼ੀ ਤੁਹਾਡੀ ਆਪਣੀ ਹੈ, ਤੁਸੀਂ ਨਿਰਪੱਖ ਹੋ ਕੇ ਆਪਣੇ ਇਸ ਅਧਿਕਾਰ ਦੀ ਵਰਤੋਂ ਕਰੋ। ਹੁਣ ਦਿਓ ਸਾਨੂੰ ਆਗਿਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ।